ਦੋਸਤੋ ਅੱਜ ਦੁਆਰ ਨੂੰ ਬੈਗ ਮੈਂ ਇੱਕ ਬੰਦੇ ਦੀ ਗੱਲ ਕਰਨਾ ਚਾਹ ਰਿਹਾ ਮੈਂ ਕੱਲ ਇੱਕ YouTube ਤੇ ਵੀਡੀਓ ਦੇਖ ਰਿਹਾ ਸੀ ਉਹ ਬੰਦਾ ਕਹਿ ਰਿਹਾ ਸੀ ਤਰਬੂਜ਼ ਉਗਾਓ ਲੱਖ ਹੋ ਕਮਾਓ ਮੈਂ ਐਗਰੀ ਕਰਨਾ ਉਸ ਬੰਦੇ ਦੀ ਹੈ ਕੱਲ ਨਾਲ 100% ਕਿ ਤਰਬੂਜ਼ ਲਗਾਓ ਲੱਖ ਹੋ ਕਮਾਓ ਕਿਉਂਕਿ ਇਸ ਟਾਈਮ 40 ਤੋਂ 50 ਰੁਪਏ ਕਿਲੋ ਤਰਬੂਜ਼ ਮਿਲਦਾ ਹੈ ਪਿਆ ਬਾਜ਼ਾਰ ਦੇ ਵਿੱਚ ਤੇ ਇਸ ਦਾ ਮਤਲਬ ਹੈ ਅਗਰ ਇੱਕ ਬੰਦੇ ਦਾ ਇੱਕ ਕਿੱਲਾ ਪੈ ਲਈ ਯਾਨੀ ਇੱਕ ਏਕੜ ਜ਼ਮੀਨ ਹੈ ਉਹਦੇ ਵਿੱਚ ਉਹਨੇ ਤਰਬੂਜ਼ ਲਾਇਆ ਨੇ ਤੇ ਉਸ ਦੀ ਜਿਹੜੀ ਲਾਗਤ ਤਰੀ ਤੋ 35000 ਹੈ ਹੱਦ 40000 ਤੇ ਇਸ ਟਾਈਮ ਉਸ ਹਿਸਾਬ ਨਾਲ ਉਸ ਤਰ੍ਹਾਂ ਸਾਮਨਾ 1.5 ਲੱਖ ਤੱਕ ਲਾ ਜਾ ਰਿਹਾ ਤੋ ਸਮਝ ਲਓ ਕਿ 1 ਲੱਖ ਰੁਪਈਆ ਜਾਂ 70-80 ਹਜ਼ਾਰ ਰੁਪਈਆ ਇੱਕ ਪਹਿਲੀ ਚ ਬਾਈਦਾ ਹੈ ਅਗਰ ਕਿਸੇ ਬੰਦੇ ਦੇ 5 ਕਿਲੇ ਨੇ 20 ਕਿਲੇ ਨੇ 10 ਕਿਲੇ ਨੇ ਜ਼ਾਹਰੀ ਗੱਲ ਜਿਹੜਾ ਤਰਬੂਜ਼ ਲਾਂਦਾ ਉਹ ਇੰਨੇ ਨੇ ਲਾਂਦੇ ਨੇ ਜਿਹੜੇ ਕਾਰੋਬਾਰ ਕਰਦੇ ਨੇ ਜਿੰਨੇ 10 ਕਿਲੇ ਨੇ ਉਹ ਅਸਲੀ ਹਿਸਾਬ ਨਾਲ ਵੀ ਲਾਉਂਦੇ 8 ਲੱਖ ਰੁਪਈਆ ਉਸ ਨੂੰ ਬਚ ਗਿਆ ਤੇ ਬੰਦਾ ਸੋਚੇਗਾ ਯਾਰ ਮੈਂ ਤਾਂ ਕੀ ਕਰਨਾ ਪਿਆ ਇਹ ਬੰਦੇ ਨੇ ਤਰਬੂਜ਼ ਲਾਏ ਨੇ 3 ਮਹੀਨਿਆਂ ਚ 8 ਲੱਖ ਰੁਪਈਆ ਕਮਾਜਤਾ ਇਹ ਉਹ ਬੰਦਾ ਸੋਚੇਗਾ ਜਿਹੜਾ ਜੌਬ ਕਰ ਰਿਹਾ ਜਿਨੇ ਅੱਜ ਤੱਕ ਵਾਈ ਬੀਜੀ ਨਹੀਂ ਕੀਤੀ ਜਾਂ ਜਿਹੜਾ ਬੰਦਾ ਪਰਦੇਸ ਵਿੱਚ ਬੈਠਾ ਹੈ ਮਤਲਬ ਕੁਲੀ ਉਮਰ ਚਲਾ ਗਿਆ ਉਹ ਬੰਦਾ ਸੋਚੇਗਾ ਜਿਹੜਾ ਬੰਦਾ ਮੈਚੋਰ ਹੋਏਗਾ ਉਹ ਨਹੀਂ ਸੋਚੇਗਾ ਅੱਜ ਮੈਂ ਤੁਹਾਨੂੰ ਇਸ ਤਰ੍ਹਾਂ ਦੀ ਡਿਫਰੈਂਸ ਗੱਲ ਦਰਾਂਗੇ ਇਸ ਟਾਈਮ ਮੇਰੇ ਤਰਬੂਜ਼ ਤਕਰੀਬਨ 20-25 ਦਿਨਾਂ ਨੂੰ ਪੱਕਦੇ ਨੇ ਪਏ ਅੱਲਾਹ ਕਰੇ ਕਿ ਰੇਟ ਰਵੇ ਅੱਛੀ ਗੱਲ ਏ ਮੈਂ ਵੀ ਚਾਹਨਾ ਹਾਂ ਤੁਸੀਂ ਵੀ ਚਾਹਦੇ ਹੋ ਜਿੰਨਾਂ ਜਿੰਨੇ ਬੰਦੇ ਤਰਬੂਜ਼ ਲਾਏ ਨੇ ਲੇਕਿਨ ਇਹ ਹਕੀਕਤਨ ਪਤਾ ਹੈ ਕਿ ਜੇ ਤੋ ਤਰਬੂਜ਼ ਆਮ ਹੋ ਜਾਂਦਾ ਉਸ ਦਾ ਰੇਟ ਅੱਧੇ ਨਾਲ ਕੱਟ ਜਾਂਦਾ ਕਦੀ ਕਦੀ ਇੰਜ ਹੁੰਦਾ ਕਿ ਉਹ ਜਿਹੜਾ ਨਾ ਤਰਬੂਜ਼ ਹੁੰਦਾ ਨਾ 35-40 ਹਜ਼ਾਰ ਦੇ ਹੁੰਦੇ ਨੇ ਜਿਹੜੀ ਉਹਨੇ ਲਾਗਤ ਲਾਈ ਹੁੰਦੀ ਉਹ ਪੂਰੀ ਹੁੰਦੀ ਹੈ। ਕਈ ਵਾਰ ਹੁੰਦਾ ਕਿ ਅੱਧਾ-ਅੱਧਾ ਕਾਟਾ ਪੈ ਜਾਂਦਾ ਬਹੁਤ ਜ਼ਿਆਦਾ ਵੀ ਕਾਟਾ ਤਰਬੂਜ਼ਾਂ 'ਚ ਪੈ ਜਾਂਦਾ ਹੈ। ਇਸ ਲਈ ਕਿਸੇ ਵੀ ਬੰਦੇ ਦੀ YouTube 'ਤੇ ਵੀਡੀਓ ਵੇਖ ਕੇ ਕਦੀ ਅੰਦਾਜ਼ਾ ਨਾ ਲਾਓ ਕਿ ਉਹ ਬੰਦਾ ਸੱਚ ਕਹਿ ਰਿਹਾ ਹੈ। ਕਿਉਂਕਿ ਅਸੀਂ ਉਹ ਲੋਕ ਆ ਅਸੀਂ YouTube ਤੇ ਵੀਡੀਓ ਬਣਾਉਂਦੇ ਆਂ ਅਗਰ ਤੁਹਾਡੀ ਵੀਡੀਓ ਕੋਈ ਨਾ ਨਾ ਵੇਖੇ ਤਾਂ ਅਸੀਂ ਡਿਪਰੈਸ਼ਨ ਚ ਆ ਜਾਈਨੇ ਯਾਰ ਇੰਨਾ ਪੈਸਾ ਲਾ ਰਹੇ ਆਂ ਡਰੋਨ ਯੂਜ਼ ਕਰ ਰਹੇ ਆਂ ਫਿਰ ਐਡੀਟਿੰਗ ਕਰ ਰਹੇ ਆਂ ਸਾਰਾ ਸਿਆਪਾ ਕਰਕੇ ਅਸੀਂ ਵੀਡੀਓ ਅਪਲੋਡ ਕਰਨੇ ਆਂ ਪਿਆ ਤੇ ਵਿਊਜ਼ ਨਹੀਂ ਆ ਰਹੇ ਹਕੀਕਤਨ ਕੁਝ ਲੋਕ ਕ੍ਰਿਮੀਨਲ ਮਾਈਂਡ ਦੇ ਹੁੰਦੇ ਨੇ ਉਹਨਾਂ ਦਾ ਜ਼ਿਹਨ ਹੁੰਦਾ ਕਿ ਕਿਸੇ ਨਾ ਕਿਸੇ ਤਰੀਕੇ ਸਾਨੂੰ ਵਿਊਜ਼ ਚਾਹੀਦੇ ਨੇ ਤੇ ਐਸੇ ਵਿਊਜ਼ ਦੇ ਮੈਂ ਲੜਨ ਪੈਗੀ ਨਾ ਮੈਂ ਸਿੱਧੀ ਔਰ ਕਲੀਅਰ ਗੱਲ ਕੀਤੀ ਏ ਜਿਹੜਾ ਬੰਦਾ ਅੱਜ ਤੱਕ ਭਾਈ ਬਿਜੀ ਨਹੀਂ ਕੀਤੀ ਉਸ ਨੂੰ ਨਹੀਂ ਪਤਾ ਹੋਏਗਾ ਕਿ ਇਹਨਾਂ ਦੁਕਾਨਾਂ 'ਇੱਜ ਬਹੁਤ ਜ਼ਿਆਦਾ ਕਾਟਾ ਵੀ ਪੈ ਜਾਂਦਾ ਹੈ ਤੋਰੀਆਂ 'ਚ ਕਾਟਾ ਪੈ ਜਾਂਦਾ ਹੈ ਇਹਨਾਂ ਦੇ ਨਾਲ 'ਚ ਕੱਦੂ ਸ਼ਰੀਫ ਮੇਰੇ ਇੱਕ ਦੋਸਤ ਨੇ ਲਾਏ ਨੇ ਮੈਂ ਉਸ ਨੂੰ ਪੁੱਛਿਆ ਕਿ ਕੀ ਕਰ ਰਹੇ ਆਂ ਆਂਦਾ ਕਦੀ 60 ਕਿਹਾ ਜੀਦ ਨੇ ਕਦੀ 150 ਦੇ ਵਿਕਦੇ ਨੇ ਪੈ 1 ਮਿੰਟ ਸਮਾਈ ਹੈ ਯਾਰ ਮੇਰਾ ਵੀਡੀਓ ਬਣਾਉਣ ਦਾ ਮਤਲਬ ਕਿਸੇ ਨੂੰ ਡੀਮੋਟਿਵ ਨਹੀਂ ਕਰਨਾ ਮੇਰੇ ਵੱਲੋਂ ਸਾਰਾ ਤੇ ਛਾਂਬੇ 'ਚ ਆ ਕੇ ਤਰਬੂਜ਼ ਲੱਗ ਗਿਆ ਨਾ ਹਰ ਪਾਸੇ ਤਰਬੂਜ਼ ਲੱਗ ਗਿਆ ਨਾ ਕਿ ਮੈਨੂੰ ਕੋਈ ਫਰਕ ਪੈਂਦਾ ਮੇਰਾ ਮਕਸਦ ਇਹ ਵੀਡੀਓ ਬਣਾ ਕੇ ਦੱਸਣ ਦਾ ਕਿ ਬੰਦੋनियां ਕਿੰਨਾ ਕਿਨਾ ਝੂਨਾ ਲਾਂਦੀ ਏ ਆਪਣੇ ਥੋੜੇ ਜਿਵੇਂ ਵਿਊਜ਼ ਵਾਸਤੇ ਕਿੰਨਾ ਕਿਨਾ ਝੂਠ ਬੋਲਦੀ ਏ ਇੱਕ ਥੰਬਨੇਲ ਤੇ ਤਸਵੀਰ ਲੱਗੀ ਹੋਏਗੀ ਤਰਬੂਜ਼ ਉਗਾਓ ਲੱਖੋ ਕਮਾਓ ਔਰ ਬੰਦਾ ਸੋਚੇਗਾ ਯਾਰ ਇਹਨੂੰ ਮੈਂ ਕਲਿੱਕ ਕਰਨਾ ਵਾ ਕੀ ਤਰੀਕਾ ਕਿ ਉਹਨਾਂ ਇਹੋ ਹੀ ਚੁਤੀਆਪਾ ਅਗਰ ਰੇਟ ਹੈ ਤੇ ਤੁਸੀਂ ਲੱਖਾਂ ਕਮਾਓਗੇ ਅਗਰ ਰੇਟ ਨਹੀਂ ਤੇ 75 ਰੁਪਿਆ ਦੇ ਕੇ ਘਰ ਆਓਗੇ ਇਹੋ ਹੀ ਕਿਸਾਨਦਾਰੀ ਏ ਕਿਉਂਕਿ ਇਹ ਕਚੀਆਂ ਫਸਲਾਂ ਨੇ ਪੱਕੀ ਫਸਲ ਗੰਧਮ ਤੇ ਚਾਹ ਵਾਲਾ ਇਹ ਪੱਕੀਆਂ ਫਸਲਾਂ ਨੇ ਉਹਨਾਂ ਨੂੰ ਪਤਾ ਕਿ ਥੋੜਾ ਜਿਹਾ ਇੰਨਾ ਪ੍ਰਾਫਟ ਆਣਾ ਐ ਇੰਨੇ ਸਾਡੇ ਦਾਣੇ ਹੋਣੇ ਨੇ ਓਕੇ ਵੇ ਬਾਕੀ ਤਰਬੂਜ਼ ਮਟਰ ਕੋਈ ਵੀ ਸਬਜ਼ੀ ਕਰ ਲੋ ਫਰੂਟ ਕਰ ਲੋ ਸਬਜ਼ੀ ਕਰ ਲੋ ਮਟਰ ਟਮਾਟਰ ਹਰੀਆਂ ਮਿਰਚਾਂ ਸ਼ਿਮਲਾ ਮਿਰਚ ਖੀਰੇ ਕੋਈ ਵੀ ਕਰ ਲੋ ਤੇ ਤਕਰੀਬਨ ਯਾਰ ਉਹਦਾ ਸੱਚਾਈ ਏ ਸੱਚ ਲੱਗ ਗਿਆ ਤੇ ਤੁਸੀਂ ਲੱਖਾਂ ਚ ਨਾ ਲੱਗਾ ਤਾਂ ਤੁਸੀਂ ਕੱਖਾਂ ਚ ਇਸ ਗੱਲ ਨੂੰ ਯਾਦ ਰੱਖਣਾ ਮੇਰੀ ਗੱਲ ਤੋਂ ਨਾਲ ਤੁਸੀਂ ਡਿਸਐਗਰੀ ਕਰ ਸਕਦੇ ਹੋ نیچے ਲਿਖ ਸਕਦੇ ਹੋ ਐਗਰੀ ਜਾਂ ਡਿਸਐਗਰੀ ਕਰਨਾ ਤੁਹਾਡਾ ਆਪਣਾ ਫੈਲ ਤੇ ਮਿਲਣਾ ਵੇਗ ਨਵੀਂ ਵੀਡੀਓ ਵਿੱਚ ਤਦ ਤੱਕ ਕੇ ਲਈਏ ਬਾਏ ਬਾਏ